मैं जानता हूं दरे बूतराब से हटकर, मैं जानता हूं जी नवा नकोर मौजू पेश कर रहे, नवा एक होंदा है नवा एक आंदे ने नवा नकोर वो बिल्कुल ही नवा होंदा। मैं जानता हूं दरे बूतराब से हटकर खिजर भी ढूंढे तो उनको भी रास्ता ना मिले। मैं जानता हूं दरे बूतराब से हटकर खिजर भी ढूंढे तो उनको भी रास्ता ना मिले। सुभान अल्लाह। जहान जहान महवे सजूद, जहान महवे सजूदो रकू होता है, जहान महवे सजूदो रकू होता है, शऊर हक का जमाना शुरू होता है, तवील अरसाए फुरकत की रात खत्म हुई, रुखे इमाम का सूरज तलू होता है। बारगाहे नायबे आखर में सरखम कीजिए, बारगाहे नायबे आखर में सरखम कीजिए, पैरवीए हुक्म सरकारे दो आलम कीजिए, आप हैं बैठे हुए किस फिक्र में अरबाब बज्म, आप हैं बैठे हुए किस फिक्र में अरबाब बज्म, मेहदी दौरा का उठकर खैर मकदम कीजिए। एक शर्त होनी है दीदार होना, दीदार महदी सरकार का होना, पर एक शर्त होनी है, वो शर्त याद रख लो ते वो हर जगह से हाजिर नाजर। लो जी शर्त मैं दसन लगा, सौ हथ रस्सा ते सिरे दे गंड, ओ न करने ओ न करने ओ न करने दीदार सजन दा, ओ न करने दीदार सजन दा, जिन्ना अखियां सांप के रखियां, गल मेरी सुन लो अगे पीछे तो मारना हो
ਕਿਉਂਕਿ ਗੱਲ ਹੋ ਰਹੀ ਹੈ 12ਵੀਂ ਸਰਕਾਰ ਦੀ, ਇਹਦੇ ਵਿੱਚ ਅੱਗਾ ਪਿੱਛਾ ਨਹੀਂ ਜਾਣਾ। ਲੈ ਨਾਲ ਮਿਲ ਕੇ ਜਿਹਨੂੰ ਆਉਂਦਾ ਵੋਟ ਪਵੇ ਤਾਂ ਮਾਲਵਾਦ, ਕਿਉਂਕਿ ਜਿਹੜਾ ਲੈ ਤੋਂ ਅੱਗਾ ਪਿੱਛਾ ਹੋ ਗਿਆ ਉਹਨੂੰ ਜ਼ਰਾ ਨਹੀਂ ਹੋਣਾ ਤੇ ਯਾਦ। ਮੈਨੂੰ ਤਾਂ ਤੁਸੀਂ ਉਠਵਾ ਦੇਣਾ ਪਰ ਤੁਸੀਂ, ਕਿਉਂਕਿ ਤੁਹਾਡਾ ਵੀ ਕੰਮ ਠੀਕ ਹੈ। ਉਹ ਨੱਖਰ ਉਹ ਨੱਖਰ ਛਬੀ ਆ ਜਾਏ ਤੇ ਫਿਰ ਸਾਰੀਆਂ ਸੁਹਾਗਣਾਂ ਹੋ ਜਾਂਦੀਆਂ। ਤੇ ਮੀਰਾ ਬੀਖ ਸਾਹਿਬ ਲਿਖਦੇ ਨੇ, ਬੀਖਾ ਬੀਖਾ ਰੰਗਲੀ ਸੇਜ ਵਿਛਾ ਕੇ ਜੋ ਪਰਦੇ ਰੱਖੇ ਦੋ, ਤਨ ਦੀਆ ਮਨ ਨਾ ਦੀਆ, ਤਨ ਦੀਆ ਮਨ ਨਾ ਦੀਆ ਕਾਹੇ ਸੁਹਾਗਣ ਹੋ। ਬੀਖਾ ਚਤਰ ਸੁਹਾਗਨ ਸਭ ਨਹੀਂ, ਨਾ ਕੋਈ ਦਾਗਨ ਨਾਰ, ਸੋਯੋ ਨਾਰ ਸੁਲਖਣੀ, ਸੋਯੋ ਨਾਰ ਸੁਲਖਣੀ, ਜਿਹਨੂੰ ਮਾਲਕ ਕਰੇ ਪਿਆਰ, ਉਹ ਰੱਖੇ ਨਾਰ ਸਜਣ ਨਾਰ।
ਬੋਲ ਆਓ ਜੀ ਸਾਨੂੰ ਦੱਸਦਾ ਪਿਆ ਮਹਿਸੂਸ ਕਰ ਰਹੇ ਐਵੇਂ ਬੋਲ ਕਬੋਲ ਨਾ ਬੋਲਿਆ ਕਰ ਹੁੰਦੇ ਖਸਮ ਨਾਰਾਜ਼ ਬੜ ਬੋਲੀਆਂ ਦੇ ਕਾਂ ਸਿਰ ਖਾਏ ਕੋਇਲ ਠੰਡ ਪਾਵੇ ਇੰਨੇ ਫਰਕ ਨੇ ਸਜਣਾ ਬੋਲੀਆਂ ਦੇ ਜਿਹੜੀਆਂ ਮਾਲਕ ਦੀ ਵਿੱਚ ਰਜ਼ਾ ਚੱਲਣ ਕੰਮ ਬਣ ਜਾਂਦੇ ਉਹਨਾਂ ਗੋਲੀਆਂ ਦੇ ਉਧਰ ਗਈਆਂ ਸਰਦਾਰ ਹੁਣ ਖੱਜਲ ਸ਼ਰਮਾ ਵਾਲੀਆਂ ਨੂੰ ਬੂਟੇ ਡੋਲੀਆਂ ਦੇ ਉਸਕਾ ਮੁੱਖ ਇੱਕ ਜੋਤ ਹੈ ਜੋਤ ਕਹਿੰਦੇ ਨੇ ਰੋਸ਼ਨੀ ਨੂੰ ਉਸਕਾ ਮੁੱਖ ਇੱਕ ਜੋਤ ਹੈ ਘੁੰਘਟ ਹੈ ਸੰਸਾਰ ਘੁੰਘਟ ਮੇ ਵੋ ਛੁਪ ਗਿਆ ਰੁੱਖ ਪਰ ਆਂਚਲ ਡਾਰ ਉਨਕੋ ਮੁੱਖ ਦਿਖਲਾਵੇ ਹੈ ਜਿਨਸੇ ਉਸਕੀ ਪੀਤ ਉਨਕੋ ਹੀ ਮਿਲਤਾ ਹੈ ਵੋ ਜੋ ਹੈ ਉਸਕੇ ਮੀਤ ਬੁੱਲੇ ਸਾ ਉਹ ਨਾ ਭਰਨਾ ਨਹੀਂ ਜਿੰਨਾ ਬੋਲ
ਹੈਗਾ, ਤੇਰਾ ਜਲਵਾ ਹੈ ਵੋ ਜਲਵਾ, ਨਜ਼ਰ ਜਬ ਬੇ ਹਜਾਬਾ ਹੈ ਭਲਾ ਔਰੋਂ ਕੀ ਕਿਆ ਹਸਤੀ ਪੈਗੰਬਰ ਕੋ ਨਾ ਤਾਬਾ ਹੈ, ਭਲਾ ਔਰੋਂ ਕੀ ਕਿਆ ਹਸਤੀ ਪੈਗੰਬਰ ਕੋ ਨਾ ਤਾਬਾ ਹੈ, ਮੂਸਾ ਜਾ ਨਹੀਂ ਕਰ ਸਕੇ, ਨੂਰੇ ਮੁਸਤਫਾ ਦਾ ਜਲਵਾ, ਨੂਰੇ ਮੁਸਤਫਾ ਦਾ ਜਲਵਾ ਮੂਸਾ ਕੋਲੋਂ ਨਹੀਂ ਜਰਿਆ ਗਿਆ, ਮੂਸਾ ਜੀ ਬੇਹੋਸ਼ ਤੇ 70 ਸਵਾਬੀ ਮਾਰੇ ਗਏ ਤੇ ਕਦੂਰ ਸੁਰਮਾ ਹੋ ਗਿਆ। ਹਜ਼ਰਤ ਮੂਸਾ ਆਉਂਦੇ ਨੇ, ਅੱਲਾ ਜੀ ਮੈਂ ਤੇ ਬਹਿੰਦੇ ਬੇਹੋਸ਼ੀ ਹੋ ਗਿਆ ਤੇ ਆਹ 70 ਜਿਹੜੇ ਨੇ ਇਹ ਮਾਰੀ ਗਏ ਨੇ ਤੇ ਕਦੂਰ ਵੀ ਸੜ ਗਿਆ ਤੇ ਹੁਣ ਇਹਨਾਂ ਨੂੰ ਜ਼ਿੰਦਗੀ ਦਿਓ, ਕਿਉਂਕਿ ਉਮਤ ਮੇਰੇ ਕੋਲ ਪੁੱਛਣਾ ਉਹ ਕਿੱਥੇ ਨੇ ਤੇ ਮੈਂ ਜੇ ਆਖਿਆ ਨਾ ਉਹ ਮਰ ਗਏ ਨੇ, ਉਹਨਾਂ ਆਖਣਾ ਸਾਡੇ ਸਾਨੂੰ ਲਿਆ ਕੇ ਦੇ ਜਿੱਥੋਂ ਦਿਲ ਕਰਦੇ। ਤੇ ਉਹ 70 ਬੰਦੇ 17 ਖਾਨਦਾਨਾਂ ਦੇ ਸਰਦਾਰ ਸਨ, ਉਹ 17 ਖਾਨਦਾਨਾਂ ਦੇ ਸਰਦਾਰ ਸਨ। ਹਜ਼ਰਤ ਮੂਸਾ ਆਏ, ਅੱਲਾਹ ਕੀ ਦੁਆ ਕੀਤੀ, ਉਹ ਸਾਰੇ ਜ਼ਿੰਦਾ ਹੋ ਗਏ। ਉਮਤ ਕੋਲ ਗਏ ਨਾ ਤੇ ਉਮਤ ਨੇ ਆਖਿਆ ਜਨਾਬ ਉੱਥੇ ਕੀ ਹੋਇਆ, ਤੇ ਸਰਕਾਰੀ ਮੂਸਾ ਨੇ ਮੈਂ ਤੇ ਵਹਿੰਦੇ ਹੀ ਉਹ ਜਾ ਪਿਆ ਤੇ ਆਹ ਜਿਹੜੇ ਨੇ ਨਾ ਇਹ ਮਾਰੀ ਗਏ ਸਨ, ਇਹ ਵਹਿੰਦਿਆਂ ਇਹਨਾਂ ਦਾ ਕੱਖ ਹੀ ਨਹੀਂ ਸੀ ਰਹਿ ਗਿਆ, ਨਾ ਸਾਹ ਤੇ ਕੋਈ ਸ਼ਾਇ ਨਾ, ਕੋਈ ਸ਼ਾਇ ਨਹੀਂ ਰਹਿ ਗਈ ਉੱਥੇ। ਤੇ ਕੋਤੂਰ ਅਰੀ ਸੜ ਕੇ ਤੇ ਸੁਰਮਾ ਹੋ ਗਏ। ਉਹਨਾਂ ਕੋਲ ਪੁੱਛਿਆ ਕਿਉਂ ਜੀ ਤੁਸੀਂ ਮਰ ਗਏ ਸੋ, ਉਹਨਾਂ ਆਖਿਆ ਬਿਲਕੁਲ ਤੇ ਕੋਤੂਰ ਦੇ ਉੱਤੇ ਜਲਵਾ ਪਿਆ ਸੀ ਨੂਰੇ ਮੁਸਤਫਾ ਦਾ, ਅੱਲਾਹ ਦਾ ਨੂਰ ਨੇ ਮੁਹੰਮਦ ਮੁਸਤਫਾ ਉਹਨਾਂ ਦੇ ਨੂਰ ਦਾ ਜਲਵਾ ਪਿਆ ਇੱਕ ਸੂਈ ਦੇ ਨੱਕੇ ਜਿੰਨਾ ਤੇ ਪੈਂਬਰ ਨਹੀਂ ਜਲ ਸਕਿਆ। ਤੇ ਮੈਂ ਜਿਹਨਾਂ ਦਾ ਪੜ੍ਹ ਰਿਹਾ ਨਾ ਕਲਾਮ, ਉਹਨਾਂ ਦਾ ਨਾਮ ਹੈ ਸੈਯਦ ਜਾਫਰ ਜ਼ਮਾਨ। ਉਹ ਪੈ ਲਿਖਦੇ ਨੇ ਨਬੀ ਪਾਕ ਨੂੰ ਵੇਖਣ ਵਾਸਤੇ ਜਾਂ ਨਬੀ ਪਾਕ ਦੀ ਆਲ ਨੂੰ ਵੇਖਣ ਵਾਸਤੇ ਬਿਲਕੁਲ ਕੋਰੀਆਂ ਖਾਉਣੀਆਂ ਚਾਹੀਦੀਆਂ, ਬਿਲਕੁਲ ਕੋਰੀਆਂ ਕਿ ਜਿਹੜੀਆਂ ਅੱਗੇ ਕਿਸੇ ਜਲਵੇ ਦੇ ਮਾਇਲ ਨਾ ਹੋਈਆਂ ਹੋਣ। ਅੱਲਾ ਅੱਲਾ ਕੋਰੀਆਂ ਅੱਖਾਂ ਜਿੰਨਾਂ ਨੂੰ ਨਾ ਕਿ ਜਲਵੇ ਉਮਸਾ, ਕੋਰੀਆਂ ਸਗਰ ਵਿਕਾ।
ਜਿਹੜੀਆਂ ਅੱਖਾਂ ਨਬੀ ਪਾਕ ਦੇ ਜਲਵਿਆਂ ਵਿੱਚ ਡੁੱਬੀਆਂ ਰਹਿਣ, ਜਿਹੜੀਆਂ ਅੱਖਾਂ ਨਬੀ ਪਾਕ ਦੇ ਜਲਵਿਆਂ ਵਿੱਚ ਗੋਤਾ ਜ਼ਨੀ ਕਰਨ, ਉਹਨਾਂ ਫਿਰ ਅੱਖਾਂ ਨਾਲ ਨਬੀ ਪਾਕ ਦਾ ਜਲਵਾ ਕੀ ਕਰਦੇ? ਜਾਫਰ ਸੁਰਮਾ ਵੀ ਕਦੇ ਨੇ ਪਾਉਂਦੀਆਂ, ਕਿਧਰੇ ਅੱਖ ਝੂਠੀ ਨਾ ਹੋ ਜਾ, ਅੱਖ ਝੂਠੀ ਨਾ ਹੋ ਜਾ, ਉਹ ਸੁਰਮਾ ਵੀ ਨਹੀਂ ਪਾਉਂਦੀਆਂ ਇਸ ਜਲਵੇ ਈਸਾ ਕੋ ਮੇਰੇ ਮੌਲਾ ਪੜ੍ਹਾਏ ਮੇ ਨਮਾਜ਼, ਹਜ਼ਰਤ ਈਸਾ ਕੋ ਮੇਰੇ ਮੌਲਾ ਪੜ੍ਹਾਏਗੇ ਨਮਾਜ਼, ਦੋ ਕਦਮ ਆਗੇ ਨਬੂਵਤ ਸੇ ਇਮਾਮਤ ਹੋਗੀ, ਦੋ ਕਦਮ ਆਗੇ ਨਬੂਵਤ ਸੇ ਇਮਾਮਤ ਹੋਗੀ, ਉਹ ਨਾ ਕਰ ਸਲਾਮ ਪੜ੍ਹਦੀ ਹੈ ਸਲਾਮ।